चलो मैं पिंड वासियों नूं संबोधन करदा कि भी जिहड़ी अज जिहड़ी घटना हुई है सारे तों पहलां बड़ी अनफॉर्चुनेट घटना हुई है। मतलब बड़ी यंग उमर दा गभरू ते मतलब उहदा एक्सीडेंट दे केस दे विच इस तरह संसार तों चले जाणा बड़ी मनभागी गल है। चलो जिथों महकमे पुलिस की कार्रवाई का सवाल हैगा जिवें भी वारसा ने असी कहा उहदे मुताबक 304 IPC का जिहड़ा मुकदमा हैगा असी दर्ज रजिस्टर करन जा रहे हैगे आ। बंदे का फड़ लिया गया हैगा उहदा पोस्टमार्टम उहदा अपने मैडिकल एग्जामीनेशन करवाया गया हैगा ते उहदा दुबारा कहिंदे सी घर वाले को उत्थों नवें शहर तो होना चाहिए उहदा मैडिकल एग्जामीनेशन। असी नवें शहर तो मैडिकल एग्जामीनेशन भी करवा रहे हैगे आ। बाकी तुहाडे सहयोग की जरूरत है जेडे आपां तुसी हुण तुसी सानूं मतलब इन्ना सहयोग दे रहे हो यह सहयोग तुहाडा अदालत विच भी सानूं मिलना चाहिए ताँ कि इस नूं मतलब जिहड़ा कतल दे केस नूं फांसी तक लैके जाइए। बाकी साडे वल्लों इन्वेस्टिगेशन दे विच किसी किसी दी कोई ढिल नहीं होएगी ते बाकी मैं अपील करदा हैगा भी जिहड़ियां बसां खड़ियां हैगियां बीबियां भैन बैठी आपां हुण खाली करिए ते ताँ कि जाने कि असीं भी अपना जिहड़ा तफ्तीश दा काम हैगा उहनूं आरंभीए हो अगे। थैंक यू। आ मुंडा उहदा भरा आ जिहदा ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਯਾਨੀ ਕਿ ਪਿੰਡ ਵਾਸੀਆਂ ਸਾਰਿਆਂ ਨੂੰ ਪਤਾ ਹੀ ਹੈ ਜੋ ਵੀ ਅੱਡੇ ਦੇ ਵਿੱਚ ਚੱਕਦਾਨ 'ਚ ਜਿਹੜੀ ਘਟਨਾ ਵਾਪਰੀ ਹੈ ਸਾਨੂੰ ਸਾਰਿਆਂ ਨੂੰ ਖੁਦ ਨੂੰ ਹੀ ਪਤਾ ਆ ਅਤੇ ਉਹਦੇ ਵਿੱਚ ਪੁਲਿਸ ਵਾਲਿਆਂ ਨੇ 304 ਦੀ ਉਹ 'ਤੇ ਧਾਰਾ ਲਾਈ ਗਈ ਆ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਯਾਨੀ ਕਿ ਗਾਂਹ ਤੱਕ ਲੈ ਕੇ ਜਾਊਗੇ ਅਤੇ ਉਹਨੂੰ ਜੇ ਜ਼ਿਆਦਾ ਕਾਨੂੰਨ ਤੌਰ 'ਤੇ ਉਹਨੂੰ ਕਹਿੰਦੇ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਜਾਵੇਗੀ। ਮੈਂ ਹੁਣ ਇਸ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਜਾਣਿਆਂ ਦਾ ਸਾਰਿਆਂ ਦਾ ਯਾਨੀ ਕਿ ਹੁਣ ਕਿਰਪਾ ਕਰਕੇ ਰੋਡ ਨੂੰ ਖੋਲ੍ਹ ਦਿੱਤਾ ਜਾਵੇ। ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਤਾਂ ਅਪੀਲ ਕਰ ਦਿੱਤੀ ਗਈ ਹੈ ਫੈਮਿਲੀ ਵੱਲੋਂ ਔਰ ਟ੍ਰੈਫਿਕ ਕਲੀਅਰ ਕਰਨ ਦੀ ਬੇਨਤੀ ਹੈ ਕਿਉਂਕਿ ਰਾਹਗੀਰਾਂ ਨੇ ਬਹੁਤ ਦੂਰ ਤੱਕ ਪਹੁੰਚਣਾ। ਹਾਲਾਂਕਿ ਪਹਿਲਾਂ ਇੱਕ ਤਰ੍ਹਾਂ ਦੀ ਪਰਿਵਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਬੇਭਰੋਸਗੀ ਸੀਗੀ ਲੇਕਿਨ ਹੁਣ ਮ੍ਰਿਤਕ ਦੇ ਭਰਾ ਨੇ ਬੇਨਤੀ ਕੀਤੀ ਹੈ ਕਿ ਰੋਡ ਨੂੰ ਕਲੀਅਰ ਕਰ ਦਿੱਤਾ ਜਾਵੇ। ਉਸ ਨੂੰ ਵਿਸ਼ਵਾਸ ਦਿਵਾਇਆ ਗਿਆ ਔਰ ਟ੍ਰੈਫਿਕ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਪੈਸੰਜਰਸ ਨੇ ਕਿਸੇ ਨੇ ਮੋਗੇ ਜਾਣਾ ਹੈ ਕਿਸੇ ਨੇ ਉਸ ਤੋਂ ਅੱਗੇ ਵੀ ਜਾਣਾ ਕਿਸੇ ਨੇ ਖੰਨੇ ਜਾਣਾ ਤਾਂ ਸਾਡੀਆਂ ਭੈਣਾਂ ਵੀ ਵਿੱਚ ਬੈਠੀਆਂ ਨੇ ਤਾਂ ਪਿੰਡ ਵਾਸੀਆਂ ਨੇ ਬੜੀ ਜੱਦੋ ਜਹਿਦ ਕੀਤੀ ਹੈ ਕਿਉਂਕਿ ਪਿੰਡ ਦਾ ਨੌਜਵਾਨ ਗੱਭਰੂ ਜਿਹੜਾ ਆ ਉਸ ਦੀ ਮੌਤ ਹੋਈ ਹੈ ਇਸ ਐਕਸੀਡੈਂਟ ਵਿੱਚ ਪਰ ਹੁਣ ਟ੍ਰੈਫਿਕ ਨੂੰ ਕਲੀਅਰ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ। ਜੀ ਸਰ ਤੁਸੀਂ ਬੱਸ ਲਿਜਾ ਸਕਦੇ ਹੋ ਔਰ ਭਰਾ ਨੇ ਅਪੀਲ ਕਰ ਦਿੱਤੀ ਹੈ ਕਿਹਨੇ ਜੀ ਸਰਕਾਰ ਨੇ ਦੇਖੋ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਜੋ ਜੋ ਉੱਥੇ ਜ਼ਿੰਮੇਵਾਰ DSP ਸਾਹਿਬ ਤਿੰਨੇ SHO ਸਾਹਿਬਾਨ ਤਿੰਨੇ ਥਾਣਿਆਂ ਦੇ ਔਰ ਸੁਰਿੰਦਰ ਚਾਂਦ ਜੀ DSP ਸਾਹਿਬ ਬਦੇਛਾ ਸਾਹਿਬ ਰਣਜੀਤ ਸਿੰਘ ਬਦੇਛਾ ਜੀ ਬਤੌਰ DSP ਔਰ ਜਿਹੜੇ ਰਾਹੂ ਔਰ ਤੇ ਮਕੰਦਪੁਰ ਤਿੰਨਾਂ ਥਾਣਿਆਂ ਦੇ ਜਿਹੜੇ ਥਾਣੇਦਾਰ ਆ ਉਹ ਉੱਥੇ ਬਤੌਰ ਖੜੇ ਸੀਗੇ ਜਿਹੜੇ ਫੈਮਿਲੀ ਦੇ ਜ਼ਿੰਮੇਵਾਰ ਜਿਹੜੇ ਫੈਮਿਲੀ ਦੇ ਭਾਜੀ ਜ਼ਿੰਮੇਵਾਰ ਵਿਅਕਤੀ ਸੀਗੇ ਉਹਨਾਂ ਸਾਰਿਆਂ ਦੀ ਹਾਜ਼ਰੀ ਵਿੱਚ ਜੋ ਉਹਨਾਂ ਨੇ ਕਿਹਾ ਉਹਨੂੰ ਸਾਰਾ ਹੀ ਉਸ ਫੈਮਿਲੀ ਦੀਆਂ ਇਕੱਲੀ ਇਕੱਲੀ ਗੱਲ ਦਾ ਉਹਨਾਂ ਨੇ ਸਪਸ਼ਟੀਕਰਨ ਸਾਰੇ ਪੁਲਿਸ ਮੁਲਾਜ਼ਮਾਂ ਨੇ ਸੀਨੀਅਰ ਅਫਸਰ ਖੜੇ ਸੀਗੇ ਉਹਨਾਂ ਨੇ ਸਾਰਾ ਹੀ ਉਹਨਾਂ ਨੂੰ ਇਕੱਲੀ ਇਕੱਲੀ ਗੱਲ ਦੱਸੀ ਆ ਬਕਾਇਦਾ ਜਿਹੜਾ ਪਰਚਾ ਕੀਤਾ ਉਹ ਪੜਾਇਆ ਉਹਦੇ ਵਿੱਚ ਕੀ ਲਿਖਿਆ ਆ ਕਿਹੜੀ ਕਿਹੜੀ ਧਾਰਾ ਲਾਈ ਆ ਠੀਕ ਹੈ ਜੀ ਬਕਾਇਦਾ ਫੈਮਿਲੀ ਨੇ ਇਹ ਰੋਡ ਜਾਮ ਖੁਲਵਾਇਆ ਆ ਉਹਨਾਂ ਨੇ ਕਿਹਾ ਆ ਵੀ ਸਾਨੂੰ ਸਾਰੇ ਜਿਹੜੇ ਜ਼ਿੰਮੇਵਾਰ ਪਿੰਡ ਦੇ ਜਿੰਨੇ ਪਤਵੰਤੇ ਸੱਜਣ ਖੜੇ ਨੇ ਔਰ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਸੀ ਉਹਨਾਂ ਸਾਰਿਆਂ ਨੇ ਹੀ ਉਹਨਾਂ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਆ ਕਿ ਅਸੀਂ ਜਿਹੜਾ ਆ ਇਹ ਜਾਮ ਖੁਲਵਾਉਣ ਲਈ ਉਹ ਪਰਿਵਾਰ ਨੇ ਇਜਾਜ਼ਤ ਦਿੱਤੀ ਪਰਿਵਾਰ ਨੇ ਬੇਨਤੀ ਕੀਤੀ ਜੀ ਔਰ ਇਹ ਵੀ ਕਿਹਾ ਕਿ ਗਾਂ ਸਹਿਯੋਗ ਕਰੀਓ ਜੇਕਰ ਤੁਸੀਂ ਕੇਸ ਲੜਨਾ ਚਾਹੁੰਦੇ ਸਹਿਯੋਗ ਕਰੀਓ ਬਿਲਕੁਲ ਦੇਖੋ ਨਹੀਂ ਦੇਖੋ ਭਾਜੀ ਮੇਰੀ ਗੱਲ ਸੁਣੋ ਮੇਰਾ ਵੀਰ ਮੈਨੂੰ ਕੱਢਾ ਗੱਡੀ ਦੇ ਥੱਲੇ ਨਹੀਂ ਦੇਖੋ ਕੇਸ ਬਣਾਉਂਗੇ ਸ਼ਰੇਆਮ ਮੈਨੂੰ ਗੱਡੀ ਥੱਲੇ ਕੱਢ ਦੇ ਮਾਰੇ ਦੋ ਮਿੰਟ ਦੱਸ ਦੇ
ਦਾ ਮਤਲਬ ਇਦਾਂ ਆ ਤੁਸੀਂ ਦੇਖੋ ਗੁੱਸੇ ਉਹ ਇੱਕ ਮਿੰਟ ਦੋ ਮਿੰਟ ਜੀ ਅਸੀਂ ਮੇਰੀ ਗੱਲ ਸੁਣੋ ਦੇਖੋ ਜੋ ਤੁਹਾਡੇ ਭਾਈਚਾਰੇ ਨੇ ਜੋ ਉਹਦੇ ਘਰਦਿਆਂ ਨੇ ਜੋ ਪੁਲਿਸ ਪ੍ਰਸ਼ਾਸਨ ਨੇ ਅੰਦਰ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਦੱਸੀ ਗਈ ਆ ਜਿਹੜੀ ਇਹਦੀ ਲੜਾਈ ਆ ਡੀ ਐਸ ਪੀ ਨਵਾਂ ਸ਼ਹਿਰ ਸਿਟੀ ਵਿਦੇਸ਼ਾ ਜੀ ਨੇ ਇਹ ਡਿਕਲੇਅਰ ਕੀਤਾ ਆ ਕਿ ਆਪਾਂ ਰਲ ਮਿਲ ਕੇ ਲੜਾਈ ਲੜ ਕੇ ਉਹਨੂੰ ਫਾਂਸੀ ਤੱਕ ਪਹੁੰਚਾਵਾਂਗੇ ਦੋ ਮਿੰਟ ਪਲੀਜ਼ ਬਾਅਦ ਚ ਉਹਨੂੰ ਫਾਂਸੀ ਤੱਕ ਪਹੁੰਚਾਵਾਂਗੇ ਔਰ ਅਸੀਂ ਨਾਲ ਇਹ ਐਲਾਨ ਕੀਤਾ ਕਿ ਘਰ ਦੇ ਜਿਹੜੇ ਆ ਸਾਡਾ ਸਹਿਯੋਗ ਦੇਣ ਅਸੀਂ ਆਪਣੇ ਵੱਲੋਂ ਦੋ ਟੋਪ ਦੇ ਵਕੀਲ ਤਾਂ ਕਿ ਉਹ ਬਚ ਨਾ ਸਕੇ ਅਸੀਂ ਕਚਹਿਰੀ 'ਚ ਖੜ੍ਹੇ ਕਰਾਂਗੇ ਨਵਾਂ ਸ਼ਹਿਰ ਦੇ ਟੋਪ ਦੇ ਵਕੀਲ ਜਿਹੜੇ ਇਹਦੇ ਘਰ ਦੇ ਕਹੂਗੇ ਸਮਝਦੇ ਹੋ ਨਾ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕਰਤਾ ਵੀ ਦੋ ਵਕੀਲ ਟੋਪ ਦੇ ਖੜ੍ਹੇ ਕਰਾਂਗੇ ਤਾਂ ਕਿ ਉਹ ਮੁੰਡਾ ਬਚ ਨਾ ਸਕੇ ਕਿਉਂਕਿ ਉਹਨੇ ਜੋ ਫੀਡਬੈਕ ਮਿਲੀ ਆ ਕਿ ਉਹਨੇ ਪਹਿਲਾਂ ਵੀ ਇਹ ਕੰਮ ਕੀਤੇ ਨਾ ਜੀ ਇਸ ਕਰਕੇ ਕਿ ਦੁਬਾਰਾ ਕਿਸੇ ਮਾਂ ਦਾ ਪੁੱਤ ਨਾ ਜਾਵੇ ਜੋ ਅੱਜ ਹੋਇਆ ਬਹੁਤ ਮਾੜਾ ਹੋਇਆ ਇਸ ਕਰਕੇ ਇਹ ਜਿਹੜਾ ਫੈਸਲਾ ਲਿੱਤਾ ਗਿਆ ਇਹ ਕੋਈ ਇਹਨਾਂ ਨੇ ਨਹੀਂ ਲਿੱਤਾ ਮੈਂ ਨਹੀਂ ਲਿੱਤਾ ਪੰਚਾਇਤ ਨੇ ਲਿੱਤਾ ਸਾਰੇ ਰਲ ਕੇ ਭਾਈਚਾਰੇ ਨੇ ਲਿੱਤਾ ਤਾਂ ਕਿ ਉਹਦਾ ਮੈਡੀਕਲ ਵੀ ਸੁਣੋ ਉਹਦਾ ਮੈਡੀਕਲ ਵੀ ਹੋਣ ਚੱਲਾ ਆ ਦੁਬਾਰਾ ਧਾਰਾ ਵੀ ਪੜ੍ਹਾ ਤੀਆਂ ਉਹਦੀ ਫੋਟੋ ਵੀ ਖਿੱਚ ਲਈ ਇਸ ਕਰਕੇ ਜੀ ਸਾਰੀ ਗੱਲ ਹੋ ਗਈ ਆ ਜੀ ਬਸ ਇਹੀ ਆ ਜੀ ਜੋ ਹੋਇਆ ਜੋ ਡੀ ਐਸ ਪੀ ਸਾਹਿਬ ਨੇ ਕਿਹਾ ਉਹਨਾਂ ਦਾ ਤੁਸੀਂ ਰਿਕਾਰਡ ਕਰ ਲਿਆ ਉਹ ਰਿਕਾਰਡ ਧੁਰ ਤੱਕ ਲੈ ਕੇ ਜਾਵਾਂਗੇ ਅਸੀਂ ਆਮ ਪਾਰਟੀ ਦੇ ਵਰਕਰ ਹਾਂ ਅਸੀਂ ਇਹ ਚਾਹੁੰਦੇ ਹਾਂ ਅਗਰ ਇਨਸਾਫ ਨਹੀਂ ਹੋਇਆ ਸਾਲ ਲੱਗ ਜਾਏ ਦੋ ਸਾਲ ਲੱਗ ਜਾਏ ਅਗਰ ਉਹ ਬੰਦਾ ਬਾਹਰ ਆ ਗਿਆ ਅਸੀਂ ਐਸੀ ਜਗ੍ਹਾ ਮੁੜ ਕੇ ਧਰਨਾ ਫੇਰ ਦੇਵਾਂਗੇ ਆਮ ਆਦਮੀ ਪਾਰਟੀ ਦਾ ਜਲੂਸ ਚੰਗੀ ਤਰ੍ਹਾਂ ਕੱਢਾਂਗੇ ਇਹ ਸਾਡੀ ਹੋਰ ਅਪੀਲ ਜ਼ਰੂਰਤ ਹੈ ਦੋ ਮਿੰਟ ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਆਪਾਂ ਚੈਨਲ ਅੱਗੇ ਕਹਿਤਾ ਬਿਲਕੁਲ ਦੇਖੋ ਪਾਰਟੀ ਦੀ ਗੱਲ ਇੱਕ ਮਿੰਟ ਦੋ ਮਿੰਟ ਸੁਣੋ ਜਦੋਂ ਪਹਿਲੀ ਵਾਰੀ ਆਏ ਸੀ ਦੋ ਮਿੰਟ ਸੁਣਨ ਦਾ ਤੁਹਾਡਾ ਕੁਐਸਚਨ ਉਹਦਾ ਆਨਸਰ ਦੇ ਲਗੇ ਉਹਨਾਂ ਦੇ ਘਰ ਦੇ ਸਾਡੇ ਬਣੂਗੇ ਇੰਜਣ ਅਸੀਂ ਬਣਾਂਗੇ ਡੱਬੇ ਬਿਲਕੁਲ ਜੀ ਠੀਕ ਹੈ ਜੀ ਉਹ ਅੱਗੇ ਹੋ ਕੇ ਲੜਾਈ ਲੜੂਗੇ ਪਿੱਛੇ ਅਸੀਂ ਆ ਜਦ ਤੱਕ ਘਰਦਿਆਂ ਨੂੰ ਇਲਾਕੇ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਘਰ ਨਹੀਂ ਬੈਠਾਂਗੇ ਬਾਕੀ ਸਮਝ ਦੇਣਾ ਇਹਨੂੰ ਫਾਂਸੀ ਲੱਗੇ ਜਵਾਨ ਪੁੱਤ ਉਹਨਾਂ ਦਾ ਮਰਿਆ ਜੇ ਦੇਖੋ ਸਾਡੇ ਧੀਆਂ ਪੁੱਤਾਂ ਵਰਗਾ ਹੀ ਆ ਉਹ ਦੇਖੋ ਅਸੀਂ ਵੀ ਦੁੱਖ ਲਈ ਇੱਥੇ ਰਾਤ ਨੂੰ ਆਏ ਆ ਸਪੈਸ਼ਲ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਆਏ ਆ ਉਹ ਜੇ ਉਹ ਬੰਦੇ ਨੇ ਨਸ਼ਾ ਕਰਕੇ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਨੂੰ ਜਾਣ ਨੂੰ ਕਹੋਗੇ ਜਿਹੜੀ ਸਾਨੂੰ ਡਿਊਟੀ ਲਾਓਗੇ ਜਿੱਥੇ ਖੜਾ ਕਰੋਗੇ ਉੱਥੇ ਜੇ ਨਾ ਖੜੇ ਫਿਰ ਕਿਉਂ ਸਰਦਾਰ ਸਾਹਿਬ ਵੱਡੀ ਗੱਲ ਪਤਾ ਕੀ ਦੇਖੋ ਜੋ ਕਾਰਵਾਈ ਉਹ ਹੋਣੀ ਹੈ ਲੇਕਿਨ ਜਿਹੜੀ ਸਾਡੀਆਂ ਭੈਣਾਂ ਨੂੰ ਆਪਾਂ ਕਲੀਅਰ ਕਰਨਾ ਬਹੁਤ ਜ਼ਰੂਰੀ ਸੀ ਅਸੀਂ ਇਹ ਗੱਲ ਨੂੰ ਅੱਜ ਕਹਿੰਦੇ ਹਾਂ ਫੇਰ ਕਹਿੰਦੇ ਹਾਂ ਦੁਬਾਰਾ ਪਰ ਅਸੀਂ ਸਾਲ ਲੱਗ ਜਾਏ ਦੋ ਸਾਲ ਲੱਗ ਜਾਏ ਅਗਰ ਬੰਦਾ ਬਾਹਰ ਆ ਗਿਆ ਜਮਾਨਤ 'ਚ ਅਸੀਂ ਐਸੀ ਜਗ੍ਹਾ ਧਰਨਾ ਫੇਰ ਦੇਵਾਂਗੇ ਸਰਦਾਰ ਸਾਹਿਬ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਚੰਦ ਮਿੰਟ ਪਹਿਲਾਂ ਨਾ ਲੜਕੇ ਦਾ ਪਿਤਾ ਇੱਥੇ ਮੌਜੂਦ ਸੀ ਦੇਖਿਆ ਨਹੀਂ ਸੀ ਜਾਂਦਾ ਕਿਉਂਕਿ ਜਿਹਦੇ ਘਰ 70 ਵਿੱਚ ਦਾ ਪਤਾ ਉਹਨੂੰ ਲੱਗਦਾ ਬਹੁਤ ਮੰਦਭਾਗਾ ਭਾਜੀ ਬਹੁਤ ਮੰਦਭਾਗਾ ਬਹੁਤ ਦੁਖਦਾਈ ਆ ਨੌਜਵਾਨ ਪੁੱਤ ਸਭ ਤੋਂ ਦੇਖੋ ਹੈਰਾਨੀ ਦੀ ਗੱਲ ਕੀ ਕਿ ਅੱਜ ਪਹਿਲੇ ਦਿਨ ਉਹ ਕੰਮ ਤੇ ਆਇਆ ਸੀ ਪਹਿਲਾ ਦਿਨ ਉਹਦਾ ਕੰਮ ਦਾ ਸੀ ਪਾਰਟੀ ਦੇ 5 ਸਾਲ ਆ ਹਜੇ ਤਾਂ 6 ਮਹੀਨੇ 7 ਮਹੀਨੇ ਹੋਏ ਆ ਅਸੀਂ ਇਹਨਾਂ ਦਾ ਮਾਲਾ ਧਿਆਨ ਲੈਣਾ ਇੱਕ ਮਿੰਟ ਬਜ਼ੁਰਗੋ ਦੇਖੋ ਪਾਰਟੀ ਜਿਹੜੀ ਮਰਜ਼ੀ ਹੋਵੇ ਇੱਥੇ ਪਾਰਟੀਆਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਗਲਤ ਅੰਸਰ ਨੇ ਨਸ਼ੇੜੀ ਨੇ ਇੱਕ ਨੌਜਵਾਨ ਨੂੰ ਛਰੇਆਮ ਦਰੜ ਕੇ ਮਾਰਿਆ ਠੀਕ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਲਈ ਆਪਾਂ ਜੋ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਠੀਕ ਹੈ ਜੀ ਜਿਹੜਾ ਮਾਤਾ ਨੂੰ ਅੱਧ ਮਰਿਆ ਕਰਦਾ ਉਹਦਾ ਵੀ ਇਨਸਾਫ ਹੋਣਾ ਚਾਹੀਦਾ ਪਾਰਟੀ ਗਰੀਬ ਦੀ ਕੋਈ ਪਾਰਟੀ ਨਹੀਂ ਹੈਗੀ ਕੋਈ ਪਾਰਟੀ ਨਹੀਂ ਜੇ ਕਿਤੇ ਅੱਛਾ ਜਲਵਾ ਸਾਹਿਬ ਇੱਕ ਬੇਨਤੀ ਹੋਰ ਹੈ ਹਾਲਾਂਕਿ ਪਿੰਡ ਵਾਲਿਆਂ ਨੇ ਸਾਰਿਆਂ ਨੇ ਰਲ ਕੇ 35,000 ਇਕੱਠਾ ਕੀਤਾ ਜਿਹੜੀ ਬਜ਼ੁਰਗ ਮਹਿਲਾ ਆ ਉਹ IVY ਹਸਪੀਟਲ ਐਡਮਿਟ ਹੈ ਤਾਂ ਸਹਿਯੋਗ ਦੀ ਲੋੜ ਪੈਣੀ ਉੱਥੇ ਵੀ ਸਹਿਯੋਗ ਕਰੋ ਵੀਡੀਓਗ੍ਰਾਫੀ ਹੋਣੀ ਆ ਉਹਦੇ ਅੰਦਰ ਜੋ ਮਟੀਰੀਅਲ ਮਿਲਿਆ ਉਹ ਸਾਰਾ ਕੁਝ ਬਾਕੀ ਗੱਡੀਆਂ ਦੇ ਵੀ ਨੰਬਰ ਦੇਖ ਲਓ ਤੁਸੀਂ ਬਾਕੀ ਗੱਡੀ ਨੰਬਰ ਕਿਹੜੇ ਉਹਦੇ ਨੰਬਰ ਦੇਖੋ ਬਜ਼ੁਰਗੋ ਮੇਰੀ ਗੱਲ
चाहे वीआईपी दी होवे चाहे जिहदी मर्जी होवे उस बंदे ने बहुत वड्डी गलती कीती आ। मेन अपना मकसद हैगा कि जिहड़ी बेवकूफी उहने कीती आ उहदी उहनूं सख्त तों सख्त सजा मिले। सजा चाहीदी है। मैं जिहड़ी आईवीवाई दी गल करदा इक मिंट बाई जी मैनूं गल कर लैंदा बहुत जरूरी आ जी। जिहड़ी मैं आईवीवाई दी गल करदा पिंड वालिआं ने इकट्ठा करके 35,000 रुपया इकट्ठा कर लिया। असीं वी गुहार लावांगे अपने चैनल थ्रू ते सानूं तुहाडी मदद चाहीदी क्योंकि वह महिला दस्सिया जा रहा है बहुत गरीब है। एक लत्त जिहड़ी वड्ढनी पैणी है दूजी डैमेज हो गई है। मेरी हॉस्पिटल वाले नाल गल हुई सी कहिंदे हल्ले वी क्रिटिकल कंडीशन है डेंजर तों बाहर नहीं है ते सानूं उत्थे वी सपोर्ट दी लोड़ पैणी है। देखो आईवीवाई दे जिहड़े उत्थों दे हैड ने जीएम साहब मेरी हुणे उहनां नाल गल हुई आ। मैं उहनां नूं वी कहा कि पैसा ना देखियो जो वधिया तों वधिया इलाज हो सकदा माता दा उह कर दिओ। बाकी असीं नगर दे नाल खड़े आ। वैसे तां इह नगर वैसे ही बहुत इहनां ते बख्शिश आ। कोई जिन्ना भी सानू जिथे भी साडी ड्यूटी लाणगे हर हीले नाल माता दा इलाज जिहड़ा आ ਉਹ ਆਲਰੇਡੀ ਇਲਾਜ ਦੁੱਖੋਂ ਨਹੀਂ ਮਰਨੀ। ਇਲਾਜ ਦੁੱਖੋਂ ਨਹੀਂ ਮਰਨੀ ਇਹ ਗਰੰਟੀ ਹੈ। ਇਲਾਜ ਦੁੱਖੋਂ ਨਹੀਂ ਮਰਨੀ। ਇਲਾਜ ਦੁੱਖੋਂ ਨਹੀਂ ਮਰਨੀ। ਇਲਾਜ ਦੁੱਖੋਂ ਨਹੀਂ ਹੋਣਾ ਚਾਹੀਦਾ। ਠੀਕ ਪਰ ਮੈਂ ਫਿਰ ਵੀ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਪਿੰਡ ਦਾ ਏਕਾ ਆ ਜੀ ਪਿੰਡ ਇਸੇ ਤਰੀਕੇ ਜਿਹੜੇ ਏਕਾ ਬਣਾਈ ਰੱਖੇ ਔਰ ਨਾਲ ਦੀ ਨਾਲ ਸਾਰਿਆਂ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਰੋਡ ਨੂੰ ਕਲੀਅਰ ਕਰ ਦਈਏ ਤਾਂ ਕਿ ਆਉਣ ਜਾਣ ਵਾਲੇ ਨੂੰ ਕੋਈ ਤਕਲੀਫ ਨਾ ਹੋਵੇ। ਔਰ ਸਤਨਾਮ ਸਿੰਘ ਜਲਵਾਹਾ ਲਲਿਤ ਮੋਹਨ ਪਾਠਕ ਦੋਨਾਂ ਨੁਮਾਇੰਦਿਆਂ ਨੇ ਹੀ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਔਰ ਦੋਨੋਂ ਨੁਮਾਇੰਦਿਆਂ ਨੇ ਭਰੋਸਾ ਦਿਵਾਇਆ ਕਿ ਪਿੰਡ ਵਾਸੀਆਂ ਦੇ ਨਾਲ ਖੜ੍ਹੇ ਆ ਔਰ ਰੋਡ ਹੁਣ ਤਕਰੀਬਨ 3 ਘੰਟੇ ਦੇ ਬਾਅਦ ਕਲੀਅਰ ਹੋ ਰਿਹਾ ਤਾਂ ਆਵਾਜਾਈ ਨੂੰ ਬਹੁਤ ਤਕਲੀਫ ਸੀਗੀ। ਸਰਪੰਚ ਸਾਹਿਬ ਵੀ ਨਾਲ ਨੇ। ਸਰਪੰਚ ਸਾਹਿਬ ਪਿੰਡ ਕਸ਼ਟ ਚੱਲ ਰਿਹਾ ਲੇਕਿਨ ਭਰੋਸਾ ਦਿੱਤਾ ਗਿਆ ਕੀ ਕਹਿਣਾ? ਹਾਂਜੀ ਹਾਂਜੀ ਬਹੁਤ ਬਹੁਤ ਇਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਸੀਂ ਜੋ ਬਣਦੀਆਂ ਕਾਰਵਾਈਆਂ ਸਖ਼ਤ ਤੋਂ ਸਖ਼ਤ ਕੀਤੀਆਂ ਜਾਊਂਗੀਆਂ। ਇਹਦੇ ਬਿਹੇਵ ਦੇ ਉੱਤੇ ਹੀ ਅਸੀਂ ਸਾਰਾ ਇਹ ਫੈਸਲਾ ਪਿੰਡ ਵਾਲਿਆਂ ਨੇ ਲਿਆ ਕਿ ਅਸੀਂ ਇਹ ਜਿਹੜੀ ਆ ਟ੍ਰੈਫਿਕ ਖੋਲ੍ਹ ਦਿੱਤੀ ਆ। ਬਾਕੀ ਜੋ ਜੋ ਇਹਨੇ ਕਿਹਾ ਉਸ ਹਿਸਾਬ ਦੇ ਨਾਲ ਧਾਰਾਂ ਲਾਈਆਂ। ਜੀ ਜੀ ਆਹ ਵੀਰ ਹੈ ਮੈਂ ਆ ਜਾ ਭਰਾ ਆ ਜਾ ਇੱਕ ਵਾਰੀ ਭਰਾ ਬੜੀ ਹਮਦਰਦੀ ਆ ਤੁਹਾਡੇ ਨਾਲ ਤੇ ਕੀ ਕਹਿਣਾ ਤੁਸੀਂ? ਭਾਜੀ ਮੈਂ ਤਾਂ ਕੁਛ ਨਹੀਂ ਕਹਿਣਾ ਵੀ ਇਹ ਤਾਂ ਹੁਣ ਸਾਨੂੰ ਪੁਲਿਸ ਵਾਲੇ ਨੇ ਭਰੋਸਾ ਦਿੱਤਾ ਕਹਿੰਦੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਜੀ ਹਾਂਜੀ ਚਲੋ ਬਹੁਤ ਹਮਦਰਦੀ ਹੈ ਜੀ। ਜੋ ਤੁਹਾਡੇ ਨਾਲ ਭਾਣਾ ਵਾਪਰ ਰਿਹਾ ਕੋਈ ਪੂਰਾ ਨਹੀਂ ਕਰ ਸਕਦਾ ਲੇਕਿਨ ਹਮਦਰਦੀ ਹੈ ਜੀ। ਆ ਜਾ ਮੋਟੇ ਰਾਜੀ ਭਾਜੀ ਤਾਂ ਪੁਲਿਸ ਨੇ ਢੁਕਵੀਂ ਕਾਰਵਾਈ ਕੀਤੀ ਹੈ ਸਰ ਜੀ। ਔਰ SHO ਬਖਸ਼ੀਸ਼ ਜੀ ਇੱਥੇ ਮੌਕੇ 'ਤੇ ਜਾਂਦੇ ਤਕਰੀਬਨ 3 ਘੰਟੇ ਤੋਂ ਮੌਜੂਦ ਆ। ਸਰ ਪੈਸੀਫਾਈ ਕਰਨਾ ਬੜਾ ਮੁਸ਼ਕਿਲ ਸੀ, ਕੀ ਕਹੋਗੇ ਜੀ? ਕੋਈ ਨਹੀਂ, ਐਕਚੁਅਲੀ ਜਿਹੜੇ ਇਹੋ ਜਿਹੇ ਜਿਹੜੇ ਸੂਰੀ ਸਾਹਿਬ ਜਿਹੜੇ ਇਹੋ ਜਿਹੇ ਹਾਦਸੇ ਹੁੰਦੇ ਆ ਇਹਨਾਂ ਦੇ ਵਿੱਚ ਇਹ 'ਚ ਕੋਈ ਰਾਏ ਨਹੀਂ ਦੂਜੀ। ਸਾਰੇ ਲੋਕਾਂ ਦੀ ਜਿਹੜੇ ਹਾਦਸੇ ਸ਼ਿਕਾਰ ਹੋਏ ਅਤੇ ਲੋਕ ਉਹਨਾਂ ਦੇ ਨਾਲ ਸਹਿਮਤੀ ਹੁੰਦੀ ਆ। ਇੱਕ ਇਹ ਮੇਨ ਰੋਡ ਹੈ ਅਤੇ ਜਿਹੜੇ ਵੀ ਲੋਕ ਇਸ ਚੀਜ਼ ਨੂੰ ਦੇਖ ਰਹੇ ਸੀਗੇ ਉਹ ਸਾਰੇ ਹੀ ਵੇਖਣ ਵਾਸਤੇ ਵੀ ਉੱਦਾਂ ਵੀ ਉੱਥੇ ਰੁਕਦੇ ਰਹੇ ਅਤੇ ਕਾਫੀ ਵੱਡੇ ਤੌਰ ਦੇ ਉੱਤੇ ਜਿਹੜਾ ਇੱਥੇ ਉਹ ਜਾਮ ਲੱਗਾ ਰਿਹਾ। 5:12 ਦੇ ਉੱਤੇ ਇਹ ਹਾਦਸਾ ਹੁੰਦਾ ਜੀ। 5:18 ਦੇ ਉੱਤੇ ਮੇਰੀ ਇੱਥੇ ਇੱਕ ਮਹਿਲਾ ਕਰਮਚਾਰੀ ਅਤੇ ਸਰਕਾਰੀ ਗੱਡੀ ਮੇਰੇ ਵਾਲੀ ਅਤੇ ਮੇਰਾ ਡਰਾਈਵਰ ਉਹ ਇੱਕ ਕੰਪਲੇਂਟ ਤੋਂ ਆ ਰਹੇ ਸੀਗੇ ਉਹ ਇੱਥੇ ਪਹੁੰਚ ਗਏ ਸੀਗੇ ਜੀ 4 ਮਿੰਟ ਦੇ ਵਿੱਚ ਹੀ। ਔਰ ਜਿਹੜਾ ਉਹ ਮੁੰਡਾ ਜਿਹਦੇ ਡੈਥ ਹੋ ਗਈ ਆ ਉਹ ਮੁੰਡੇ ਨੂੰ ਪਿੰਡ ਦੇ ਵੀ ਇੱਥੇ ਮੋਤਬਰ ਜਿਹੜੇ 2-4 ਸੱਜਣ ਸੀਗੇ ਉਹ ਲੈ ਗਏ ਸੀਗੇ ਉਹਨਾਂ ਨੂੰ ਡੈਡ ਬੋਡੀ ਨੂੰ ਹੋਸਪਿਟਲ। ਜਿਹੜੀ ਬੀਬੀ ਸੀਗੀ ਕ੍ਰਿਸ਼ਨਾ ਉਹਨੂੰ ਇੱਥੇ ਪਹਿਲਾਂ ਲੋਕਲ ਹੋਸਪਿਟਲ ਲੈ ਕੇ ਗਏ ਸੀਗੇ। ਉੱਥੇ ਉਹ ਮੈਨੇਜਮੈਂਟ ਜਿਹੜੀ ਹੈਗੀ ਉਹਦੀ ਘਾਟ ਹੋਣ ਕਰਕੇ ਫਿਰ ਉਹ IVY ਦੇ ਵਿੱਚ ਗਈ ਹੈਗੀ ਜੀ। ਅਸੀਂ ਜਦੋਂ ਮੌਕੇ 'ਤੇ ਆਏ ਹੈਗੇ ਸਾਰੇ ਹਾਲਾਤ ਵੇਖੇ ਅਤੇ ਉਦੋਂ ਅਸੀਂ ਮੈਂ ਇਹਨਾਂ ਨੂੰ ਜਿਹੜੇ ਵੀ ਸੱਜਣ ਹੈਗੇ ਸੀ ਇਹਨਾਂ ਨੂੰ ਬੇਨਤੀ ਕਰਤੀ ਸੀਗੀ ਕਿ ਜਿਹੋ ਜਿਹਾ ਹਾਦਸਾ ਹੈਗਾ ਉਹ ਜਿਹੀਆਂ ਹੀ ਧਾਰਾਵਾਂ ਲੱਗਣਗੀਆਂ। ਪਰ ਉਹ ਜਿਵੇਂ ਜਿਵੇਂ ਮਤਲਬ ਕਿ ਅਣਸੁਣੀ ਜੀ ਗੱਲ ਹੋ ਗਈ ਅਤੇ ਉਹਦੇ ਵਿੱਚ ਫਿਰ ਜਿਹੜਾ ਸੀਗਾ ਚਲੋ ਸਿਆਣੇ ਸਮਝਾਂਗੇ ਸਾਡੇ ਕੈਂਡੀਡੇਟ ਨਵਾਂਸ਼ਹਿਰ ਹਲਕੇ ਤੋਂ ਸ਼੍ਰੀ ਆਪਣੇ ਬੱਲੂ ਸਾਹਿਬ ਉਹ ਆ ਗਏ ਲਲਿਤ ਮੋਹਨ ਬੱਲੂ ਜੀ ਜਲਵਾਹਾ ਜੀ ਅਤੇ ਉਹਨਾਂ ਨੇ ਪਬਲਿਕ ਨੂੰ ਸਾਡੀ ਜਿਹੜਾ ਕਾਰਵਾਈ ਸੀਗੀ ਉਹ ਤੋਂ ਜਾਣੂ ਕਰਵਾਇਆ ਅਤੇ ਫਿਰ ਉਹਨਾਂ ਨੂੰ ਜਦੋਂ ਤਸੱਲੀ ਹੋ ਗਈ ਕਿ ਪੁਲਿਸ ਬਿਲਕੁਲ ਸੱਚ ਧਰਮ ਦੇ ਉੱਤੇ ਕੰਮ ਕਰ ਰਹੀ ਆ ਅਤੇ ਉਹਨਾਂ ਨੇ ਫਿਰ ਧਰਨਾ ਚੱਕ ਲਿਆ ਹੈਗਾ। ਮੁਕੱਦਮਾ ਜਿਹੜਾ ਹੈਗਾ ਜੀ ਅਸੀਂ ਦੋਸ਼ੀ ਗੱਡੀ ਚਾਲਕ ਜਿਹੜਾ ਹੈਗਾ ਵਾ ਉਹਦੇ ਖਿਲਾਫ਼ ਦਰਜ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਔਰ ਉਹ ਸਾਡੀ ਕਸਟੱਡੀ ਦੇ ਵਿੱਚ ਆ। ਉਹਦਾ ਮੈਡੀਕਲ ਅਸੀਂ ਕਰਵਾ ਲਿਆ ਹੈਗਾ
फिर भी असी जिहड़ा हैगा वा वह तफ्तीश मुकम्मल करके सवेरे उन्होंने पेश करांगे अदालत दे विच और इहनू सख्त सख्त सज़ा दवावांगे। बहुत शुक्रिया सर, और तुसीं पूरी डिटेल सुन ली SHO बख्शीश जी तो, पूरा विस्तार विच दस दिता उन्होंने कि किवें वाकया होया सी, पुलिस ने किवें कारगुजारी की है। और SHO साहब एक मैं होर गल दसदा, जिहड़ी स्कूटरी गवाची सी मिल गई है जी? बिल्कुल जी, वह भी असी स्कूटरी उहनू चेता भुल गया सीगा कि उहने पार्क कित्थे कीती आ। ਉਹ ਜਦੋਂ ਅਸੀਂ ਪਿੰਡ ਦੇ ਜਿਹੜੇ 5-7 ਮੁੰਡੇ ਸਾਂਝਾ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਦੀ ਮਦਦ ਨਾਲ ਆਪਣੇ ਮੁਲਾਜ਼ਮ ਲਾ ਕੇ ਸਰਚ ਕੀਤੀ, ਉਹ ਦੂਸਰੀ ਦੁਕਾਨ ਤੋਂ ਲੱਭ ਗਈ ਜੀ। ਚਲੋ ਇਹ ਵੀ ਚੰਗੀ ਗੱਲ ਹੋਈ ਹੈ ਕਿ ਸਕੂਟੀ ਜਿਹੜੀ ਗਵਾਚੀ ਸੀ ਉਹ ਵੀ ਮਿਲ ਗਈ। ਹਾਲਾਂਕਿ ਅਸੀਂ ਉਹ ਵੀਡੀਓ ਪੋਸਟ ਕਰਨੀ ਸੀਗੀ, ਪੋਸਟ ਨਹੀਂ ਕੀਤੀ ਸੀਗੀ, ਕਰ ਦਿੱਤੀ ਸੀਗੀ ਪੋਸਟ ਸਾਡੀ ਟੀਮ ਨੇ। ਮੈਂ ਮੁਆਫੀ ਚਾਹਾਂਗਾ ਕਿ ਸਾਡੀ ਟੀਮ ਨੇ ਪੋਸਟ ਕਰ ਦਿੱਤੀ ਸੀ ਕਿਉਂਕਿ ਇੱਥੇ ਬਿਜ਼ੀ ਬਹੁਤ ਰਹੇ ਹਾਂ। ਤਾਂ ਇਹਨਾਂ ਦੀ ਸਕੂਟੀ ਸੀਗੀ ਜਿਹੜੀ ਗਵਾਚੀ ਸੀ ਉਹ ਮਿਲ ਗਈ ਹੈ। ਸਕੂਟੀ ਮਿਲ ਗਈ, ਸਕੂਟਰੀ ਮਿਲ ਗਈ ਆ, ਕਿਉਂਕਿ ਜਿਹੜੀ ਸਕੂਟਰੀ ਸਾਨੂੰ ਮਿਲੀ ਆ ਹੁਣ ਇੱਥੋਂ ਨਹੀਂ ਮਿਲੀ, ਸਕੂਟਰੀ ਜਿੱਥੇ ਡੈਡੀ ਨੇ ਪਾਰਕ ਕੀਤੀ ਸੀ ਉਸ ਤੋਂ ਘੱਟੋ ਘੱਟ ਵੀ 10 ਸਕਿੰਟ ਅੱਗੇ ਪਾ ਮਤਲਬ ਮਿਲੀ ਤੁਹਾਨੂੰ। ਸਕੂਟਰੀ ਅਨਲੋਕ ਸੀ ਅਤੇ ਜਿਹੜੀ ਦੁਕਾਨ ਦੇ ਬਾਹਰ ਖੜੀ ਸੀ ਉਹ ਦੁਕਾਨਦਾਰ ਨੇ ਫਿਰ ਆਪਣੇ ਅੰਦਰ ਲਾ ਲਈ, ਉਹ ਕਹਿੰਦਾ ਵੀ ਪਤਾ ਨਹੀਂ ਕਿਹਦੀ ਸਕੂਟਰੀ ਸੀ। ਅਤੇ ਬਾਹਰ ਵਿੱਚ ਹੁਣ ਮੈਨੂੰ ਸ਼ਹਿਰੋਂ ਵੀ ਤਾਂ ਫੋਨ ਆਉਣ ਲੱਗ ਪਏ, ਭਾਅ ਜੀ ਵੀ ਤੁਹਾਡੀ ਸਕੂਟਰੀ ਗਵਾਚੀ ਸੀ, ਮੈਂ ਕਿਹਾ ਫਿਰ ਵੀ ਕੋਈ ਦੱਸ ਦਿੱਤਾ ਜਾਵੇ ਕਿ ਸਕੂਟਰੀ ਮਿਲ ਗਈ ਸੀ, ਕਿਉਂਕਿ ਅੱਧੀ ਸਾਨੂੰ ਜਿਹੜੀ ਡਾਟਾ ਟੈਨਸ਼ਨ ਸੀ ਉਹ ਮੁੰਡੇ ਟੈਨਸ਼ਨ ਦੀ, ਅਸੀਂ ਸਾਨੂੰ ਚੰਗਾ ਵੀ ਨਹੀਂ ਸੀ ਲੱਗਦਾ ਕਿ ਨਹੀਂ ਯਾਰ ਅਸੀਂ ਆਪਣੀ ਬਈ ਗੱਲ ਵਿੱਚ ਲੈ ਲਈ। ਚੱਲੀ ਬਾਈ ਗੱਲ ਪ੍ਰੋਬਲਮ ਪਤਾ ਕੀ ਆ, ਇਹਦੀ ਇਨਫੋਰਮੇਸ਼ਨ ਦੇਣੀ ਬਹੁਤ ਜ਼ਰੂਰੀ ਆ ਕਿਉਂਕਿ ਉਹ ਤੋਂ ਕੋਈ ਮੰਦਭਾਗੀ ਘਟਣ ਨੂੰ ਕੋਈ ਵਾਕਿਆ ਨਾ ਕਰ ਦੇ। ਅਸੀਂ ਅੱਜ ਮੈਂ ਸੋਚ ਰਿਹਾ ਸੀ ਕਿ ਮੈਂ ਤੁਹਾਨੂੰ ਕੱਲ੍ਹ ਮਿਲੂੰਗਾ ਕੇਸ ਦੇ ਰਿਗਾਰਡਿੰਗ IBI ਹਸਪਤਾਲ, ਮੈਨੂੰ ਕੀ ਪਤਾ ਕਿ ਸ਼ਾਮ ਨੂੰ ਅਸੀਂ ਇੱਥੇ ਮਿਲ ਜਾਣਾ ਆ। ਇਹ ਵੀ ਬਹੁਤ ਦਿਖਾਉਣ ਵਾਲੀ ਘਟਨਾ ਹੋਈ ਕਿ ਸਾਡੇ ਪਿੰਡ ਦਾ ਜਿਹੜਾ ਮੁੰਡਾ ਦੀ ਮਤਲਬ ਜਿਹਦੀ ਡੈਥ ਹੋ ਗਈ, ਬਹੁਤ ਹਰੇ ਸਮਾਂ ਜਿਹੜੀ ਇੱਕ ਜਿਹੜੀ ਲੇਡੀ ਆ ਉਹ ਵੀ ਉੱਥੇ ਹੈਗੀ, ਉੱਧਰ ਹੀ ਜਾ ਰਹੇ ਹਾਂ ਅਸੀਂ IBI ਜਾ ਰਹੇ ਹੁਣ। ਮੈਂ ਕਿਹਾ ਚਲੋ ਫਿਰ ਵੀ ਤੁਹਾਨੂੰ ਮੈਂ ਦੱਸ ਦਿੱਤਾ ਜਾਵੇ ਕਿ ਮੈਂ ਕਿਹਾ ਵੀ ਸਕੂਟੀ ਸਾਡੀ ਲੱਭ ਗਈ ਹੈ ਵੀ ਧੰਨਵਾਦ ਤੁਹਾਡਾ ਸੋ ਮੇਰਾ ਭੈਣ। ਨਹੀਂ ਕੋਈ ਗੱਲ ਨਹੀਂ ਜੀ, ਅਸੀਂ ਹੁਣ ਸਾਰਿਆਂ ਨੇ ਮੈਂ ਬੇਨਤੀ ਕਰ ਦਵਾਂ ਜਿੰਨੇ ਸਾਡੇ ਵੀਰ ਭੈਣ ਭਰਾ ਦੇਖ ਰਹੇ ਆ, ਜਿਹੜੀ ਮਾਤਾ ਕ੍ਰਿਸ਼ਨਾ ਜਿਹੜੇ SM ਹਸਪੀਟਲ 'ਚ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਦੀ ਮਦਦ ਕਰਨੀ ਆ, ਪਿੰਡ ਵਾਸੀਆਂ ਨੇ ਕਿਵੇਂ ਸਹਿਯੋਗ ਕੀਤਾ, ਕਿਵੇਂ ਅਸੀਂ ਤੁਹਾਡੇ ਛੋਟੇ ਵੀਰਾਂ ਨੇ ਸਹਿਯੋਗ ਕੀਤਾ, ਉਹ ਵੀਡੀਓ ਪਾ ਦੇਣੀ, ਲੇਕਿਨ ਉਸ ਤੋਂ ਬਾਅਦ ਅਸੀਂ ਰਲ ਮਿਲ ਕੇ ਮਾਤਾ ਦੀ ਹੈਲਪ ਕਰਨੀ ਆ। ਤਾਂ ਹੁਣ ਰੋਡ ਕਲੀਅਰ ਹੋ ਰਿਹਾ ਔਰ ਸਵਾਰੀਆਂ ਬਹੁਤ ਪਰੇਸ਼ਾਨ ਸੀਗੀਆਂ, ਅਸੀਂ ਵੀ ਤਕਰੀਬਨ 5:30 ਵਜੇ ਤੋਂ ਇੱਥੇ ਮੌਜੂਦ ਹਾਂ। ਤਾਂ ਪਿੰਡ ਵਾਸੀਆਂ ਨੇ ਏਕਾ ਦਿਖਾਇਆ ਜੀ, ਮੈਂ ਫਿਰ ਆਉਂਦਾ ਜੀ, ਫਿਰ ਜੀ ਪਲੀਜ਼। ਤਾਂ ਪਿੰਡ ਵਾਸੀਆਂ ਨੇ ਏਕਾ ਦਿਖਾਇਆ ਔਰ ਪੁਲਿਸ ਪ੍ਰਸ਼ਾਸਨ ਨੇ ਵੀ ਭਰੋਸਾ ਜਿਹੜਾ ਦਿੱਤਾ ਔਰ ਰੋਡ ਹੁਣ ਕਲੀਅਰ ਹੋ ਰਿਹਾ। ਆ ਜਾਓ ਵਿਜੇ, ਦਿਖਾ ਦਈਏ ਇੱਕ ਵਾਰੀ ਵਿਜੇ, ਰੋਡ ਹੁਣ ਕਲੀਅਰ ਹੋ ਰਿਹਾ। ਹਾਲਾਂਕਿ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਰੋਡ ਕਲੀਅਰ ਕਰਵਾਇਆ ਜਾ ਰਿਹਾ ਪੁਲਿਸ ਦੀ ਤਰਫੋਂ। ਰੋਡ ਪਿਛਲੇ 3 ਘੰਟੇ ਤੋਂ ਜਾਮ ਸੀ, ਲੇਕਿਨ ਹੁਣ ਪੁਲਿਸ ਦੀ ਕਾਰਗੁਜ਼ਾਰੀ ਤੋਂ ਬਾਅਦ ਰੋਡ ਨੂੰ ਕਲੀਅਰ ਕਰਵਾਇਆ ਜਾ ਰਿਹਾ। ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ, ਉਸ ਤੋਂ ਬਾਅਦ ਹੁਣ ਰੋਡ ਕਲੀਅਰ ਹੋ ਰਿਹਾ। ਹਾਲਾਂਕਿ ਦੇਸਾਂ ਪ੍ਰਦੇਸਾਂ ਤੋਂ ਕਾਲਸ ਆ ਰਹੀਆਂ ਸੀ ਕਿ ਕੀ ਭਾਣਾ ਵਾਪਰ ਗਿਆ। ਤਾਂ ਮੈਂ ਫਿਰ ਤੋਂ ਰਿਪੀਟ ਕਰ ਦੇਵਾਂ ਕਿ ਇੱਕ ਐਕਸੀਡੈਂਟ ਹੁੰਦਾ, ਉਸ ਵਿੱਚ ਨੌਜਵਾਨ 17-18 ਸਾਲਾਂ ਲੜਕੇ ਦੀ ਜਾਨ ਚਲੀ ਜਾਂਦੀ ਹੈ, ਜਿਸ ਦੇ ਰੋਸ ਵਿੱਚ ਪਿੰਡ ਵਾਸੀਆਂ ਨੇ ਧਰਨਾ ਦਿੱਤਾ ਸੀ, ਲੇਕਿਨ ਹੁਣ ਧਰਨਾ ਚੱਕਿਆ ਗਿਆ ਔਰ ਵਿਸ਼ਵਾਸ ਦਵਾਇਆ ਗਿਆ ਪਿੰਡ ਵਾਸੀਆਂ ਨੂੰ ਕਿ ਢੁੱਕਵੀਂ ਕਾਰਵਾਈ ਹੋਵੇਗੀ, ਐਪਰੋਪ੍ਰੀਏਟ ਕਾਰਵਾਈ ਹੋਵੇਗੀ। ਇਹ ਤਸਵੀਰਾਂ ਪਿੰਡ ਚੱਕਦਾ ਨੇ ਤੋਂ ਤੁਸੀਂ ਦੇਖ ਰਹੇ ਹੋ। ਬਾਈਟ ਹੋ ਗਈ ਜੀ ਸਰ ਦੀ, ਬਾਈਟ ਹੋ ਗਈ ਮੇਰੀ ਗੱਲ ਉਹਨਾਂ। ਤਾਂ ਵੀਰ ਜਿਹੜੇ ਹੁਣ ਜੁੜੇ ਉਹਨਾਂ ਨੂੰ ਇੱਕ ਵਾਰੀ ਉਸ ਦਿਖਾ ਦਿਓ ਫੋਰਚੂਨਰ ਜਿਹੜੀ ਗੱਡੀ ਖੜ੍ਹੀ ਹੈ, ਉਹ ਫੋਰਚੂਨਰ ਗੱਡੀ ਖੜ੍ਹੀ ਹੈ ਜਿਹਦੇ ਨਾਲ ਦੁਰਘਟਨਾ ਹੁੰਦੀ ਹੈ। 17-18 ਸਾਲਾਂ ਜਵਾਕ ਦੀ ਜਾਨ ਚਲੀ ਜਾਂਦੀ ਹੈ, ਪਿੰਡ ਵਾਸੀ ਏਕਾ ਦਿਖਾਉਂਦੇ ਆ, ਪਿੰਡ ਵਾਸੀ ਧਰਨਾ ਲਾ ਦਿੰਦੇ ਆ ਔਰ ਪਿੰਡ ਵਾਸੀਆਂ ਦੀ ਇਸ ਜੱਦੋ ਜਹਿਦ ਤੋਂ ਬਾਅਦ ਵਿਸ਼ਵਾਸ ਦਵਾਇਆ ਜਾਂਦਾ ਹੈ। ਅਤੇ 3 ਘੰਟੇ ਬਾਅਦ ਹੁਣ ਰੋਡ ਕਲੀਅਰ ਹੁੰਦਾ। ਹਾਲਾਂਕਿ ਮੈਂ ਇੱਕ ਗੱਲ ਇਹ ਵੀ ਦੱਸ ਦਵਾਂ ਕਿ ਵਿੱਚ ਇੱਕ ਵਾਰ ਐਂਬੂਲੈਂਸ ਵੀ ਆਉਂਦੀ ਆ, ਪਿੰਡ ਵਾਸੀ ਐਂਬੂਲੈਂਸ ਨੂੰ ਰਾਹ ਦੇ ਦਿੰਦੇ ਆ, ਤਾਂ ਪਿੰਡ ਵਾਸੀ ਐਂਬੂਲੈਂਸ ਨੂੰ ਨਹੀਂ ਰੋਕਦੇ। ਹਾਲਾਂਕਿ ਧਰਨਾ ਲੱਗਦਾ, ਲੇਕਿਨ ਪਿੰਡ ਵਾਸੀਆਂ ਨੇ ਐਂਬੂਲੈਂਸ ਦਾ ਰਾਹ ਨਹੀਂ ਰੋਕਿਆ, ਐਂਬੂਲੈਂਸ ਨੂੰ ਰਾਹ ਦਿੱਤਾ। ਇਹ ਤਸਵੀਰਾਂ ਚੱਕਦਾ ਨੇ ਤਾਂ ਤੁਸੀਂ ਦੇਖ ਰਹੇ ਹੋ। ਠੀਕ ਹੈ ਜੀ, ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਹਸਪੀਟਲ ਜਾ ਕੇ ਜਿਹੜੀ ਮਾਤਾ ਜੀ ਆ ਉਹਨਾਂ ਨੂੰ ਵੀ ਇੱਕ ਵਾਰੀ ਜ਼ਰੂਰ ਦੇਖ ਕੇ ਆਈਏ, ਜਿੱਥੇ ਜਿਹੜੀ ਮਹਿਲਾ ਜਿਹਨਾਂ ਦਾ ਐਕਸੀਡੈਂਟ ਹੋਇਆ ਜਿਹੜੇ ਹਸਪੀਟਲ ਵਿੱਚ ਨੇ, ਇੱਕ ਵਾਰੀ ਕੋਸ਼ਿਸ਼ ਕਰਾਂਗੇ
कि उन्होंने भी जाके मिलया जाए और उन्होंने हैल्थ किमें भी वीडियो असं जरूर थोड़े तक अपडेशन करा तो बने रहना बीपति नवा शहर अपने छोटे भी दिनेश सूरी कैमरा परसन जी को इजाजत दो बहुत जल्द फिर तो हाजिर होंगे सत श्रीकाल।